ਵਿਆਹ ਤੋਂ ਪਹਿਲਾਂ ਦੀ ਕੋਈ ਐਸੀ ਗੱਲ ਦੱਸੋ ਜੋ ਤੁਸੀਂ ਵਿਆਹ ਤੋਂ ਬਾਅਦ ਕਦੇ ਦੁਬਾਰਾ ਕਰ ਨਹੀਂ ਪਾਏ। ਵਿਆਹ ਐਜ਼ ਅ ਫਾਦਰ ਕੁਝ ਐਕਸਪੀਰੀਐਂਸਿਸ ਹੁੰਦੇ ਨੇ। ਬਿਲਕੁਲ। ਤਾਂ ਤੁਸੀਂ ਸਭ ਤੋਂ ਵਧੀਆ ਅੱਜ ਤੱਕ ਦੀ ਸੀਖ ਕਿਹੜੀ ਲਿੱਤੀ ਉਹਨਾਂ ਤੋਂ? ਜਦੋਂ ਮੇਰੀ ਫਿਲਮ ਯਾਰਨ ਮੁੱਲੇ ਆਈ ਹਿੱਟ ਹੋ ਗਈ, ਹੁਣ ਬੀਇੰਗ ਅ ਡੈਡ ਮੈਨੂੰ ਕਹਿੰਦੇ ਗੱਲ ਸੁਣ, ਬਹੁਤ ਵਧੀਆ ਗੱਲ ਆ, ਹਿੱਟ ਹੋ ਗਈ ਫਿਲਮ। ਬਟ ਇਹ ਸਕਸੈਸ ਨੂੰ ਆਪਣੇ ਦਿਮਾਗ 'ਚ ਇੰਨਾ ਹੈਵੀ ਨਹੀਂ ਕਰ ਦੇਣਾ ਕਿ ਕਮਲੇ ਹੋ ਜਾਓ। 2023 ਦੇ ਵਿੱਚ ਕੋਈ ਖੁਆਇਸ਼ ਪੂਰੀ ਹੋਈ? ਹਾਂ, ਮੇਰੀ ਬੇਟੀ ਆਈ ਮੇਰੇ ਘਰ ਮਿਜ਼ਰਾਬ, ਉਹ 2023 ਦੀ ਬੈਸਟ ਚੀਜ਼ ਹੋਈ ਮੇਰੇ ਨਾਲ। ਮੇਰਾ ਸੁਪਨਾ ਸੀ ਕਦੀ ਮੈਂ ਲਤਾ ਜੀ ਨਾਲ ਮੇਰਾ ਕਦੀ ਇੱਦਾਂ ਹੋਵੇ, ਜਾਂ ਕੋਈ ਗਾਣਾ ਆ ਉਹ ਹੁੰਦਾ ਹੀ ਆ, ਹਮੇਸ਼ਾ ਉਹਨਾਂ ਨੂੰ ਸੁਣਿਆ। ਤੁਸੀਂ ਉਹਨਾਂ ਨਾਲ ਕਿਹੜਾ ਗਾਣਾ ਗਾਉਂਦੇ? ਤੁਸੇ ਨਾਰਾਜ਼ ਨਹੀਂ ਜ਼ਿੰਦਗੀ, ਹੈਰਾਨ ਹੂੰ ਮੈਂ ਹੈਰਾਨ। ਜਦ ਤੁਸੀਂ ਆਪਣੇ ਬੇਬੀ ਨੂੰ ਫਸਟ ਟਾਈਮ ਵੇਖਿਆ, ਆਪਣੇ ਹੱਥਾਂ 'ਚ ਥਾਮਿਆ, ਉਹ ਵਕਤ ਉਹ ਪਲ ਕਿਵੇਂ ਦਾ ਸੀ? ਉਹ ਸੱਚੀ ਐਕਸਪਲੇਨ ਹੀ ਨਹੀਂ ਕਰ ਪਾਊਂਗਾ ਮੈਂ, ਕਿਉਂਕਿ ਉਹ ਜਿਹੜੀ ਫੀਲਿੰਗ ਹੁੰਦੀ ਆ, ਮੈਨੂੰ ਯਾਦ ਆ ਜਦੋਂ ਮਾਨਸੀ ਨੂੰ ਆਪਰੇਸ਼ਨ ਥੀਏਟਰ 'ਚ ਲੈ ਕੇ ਗਏ ਅਤੇ ਮੈਂ ਬਾਹਰ ਇੱਦਾਂ ਇੱਦਾਂ ਗੇੜੇ ਲਾਉਣ ਡਿਆ, ਉੱਥੇ ਫਿਲਮਾਂ ਵਾਲਾ ਹੀ ਸੀਜ਼ਨ ਹੁੰਦਾ ਨਾ, ਟੈਨਸ਼ਨ ਹੁੰਦੀ ਆ, ਅਤੇ ਜਦੋਂ ਬਾਹਰ ਡਾਕਟਰ ਆਇਆ ਕਹਿੰਦਾ ਕੰਗਰੈਚੁਲੇਸ਼ਨਸ ਇਟਸ ਅ ਬੋਏ, ਅਤੇ ਉਹ ਸੁਣ ਕੇ ਹੀ ਮੇਰੇ ਤੋਂ ਕੁਛ ਬੋਲ ਹੀ ਨਹੀਂ ਹੋਇਆ, ਉਹਨੂੰ ਥੈਂਕ ਯੂ ਤੱਕ ਨਹੀਂ ਬੋਲ ਹੋਇਆ, ਮੇਰਾ ਇੰਨਾ ਗਲਾ ਭਰ ਗਿਆ, ਇਮੋਸ਼ਨਲ ਹੋ ਗਿਆ, ਅਤੇ ਉਹ ਅਮੇਜ਼ਿੰਗ ਫੀਲਿੰਗ ਆਊਟ ਆਫ ਦਾ ਵਰਲਡ ਆ, ਉਹ ਐਕਸਪਲੇਨ ਨਹੀਂ ਕੀਤੀ ਜਾ ਸਕਦੀ, ਉਹਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ। ਤੁਹਾਡੇ ਲਈ ਕੀ ਡੈਫੀਨੇਸ਼ਨ ਹੈ ਫੈਮਿਲੀ ਦੀ? ਫੈਮਿਲੀ ਫੈਮਿਲੀ ਸਭ ਕੁਛ ਆ ਜੀ, ਸਟਰੈਂਥ, ਐਵਰੀਥਿੰਗ ਇਜ਼ ਫੈਮਿਲੀ। ਫੈਮਿਲੀ ਤੋਂ ਵੱਡਾ ਕੁਛ ਨਹੀਂ ਮੇਰੇ ਲਈ, ਫੈਮਿਲੀ ਵੈਲਿਊਜ਼, ਕਿਉਂਕਿ ਜੋ ਮਰਜ਼ੀ ਹੋਵੇ ਆਪਾਂ ਨੂੰ ਲੱਗਦਾ ਹੁੰਦਾ ਆਹ ਮੇਰੇ ਨਾਲ ਖੜਾ, ਆਹ ਮੇਰੇ ਨਾਲ ਖੜਾ, ਬਟ ਐਟ ਦੀ ਐਂਡ ਆਫ ਡੇ ਕੋਈ ਵੀ ਔਕੜਾਂ ਆਉਣ, ਕੋਈ ਵੀ ਪ੍ਰੋਬਲਮ ਆਵੇ, ਫੈਮਿਲੀ ਹੀ ਖੜਦੀ ਆ। ਸੋ ਫੈਮਿਲੀ ਸਭ ਕੁਛ ਆ, ਉਦੋਂ ਉਹਨਾਂ ਲਈ ਭੱਜ ਦੌੜ ਕਰਦੇ ਹਾਂ, ਸੋ ਫੈਮਿਲੀ ਇਜ਼ ਐਵਰੀਥਿੰਗ। ਅੱਛਾ, ਇਫ ਆਈ ਆਸਕ ਯੂ ਟੂ ਐਕਟ ਲਾਈਕ ਯੋਰ ਵਾਈਫ ਫੋਰ ਅ ਮਿੰਟ। ਅੱਛਾ, ਹਾਂ, ਪਲੀਜ਼ ਚੱਪਲਾਂ ਇੱਥੇ ਨਾ ਰੱਖਿਓ, ਆ ਪਲੀਜ਼ ਹੱਥ ਪੈਰ ਧੋਲੋ, ਕਿੰਨੇ ਗੰਦੇ ਪੈਰ ਆ ਤੁਹਾਡੇ, ਪਲੀਜ਼ ਯਾਰ ਜਦੋਂ ਨਹਾਉਂਦੇ ਹੁੰਦੇ ਪਲੀਜ਼ ਜਿਹੜਾ ਸਾਰਾ ਸਮਾਨ ਹੁੰਦਾ ਉਹ ਕਿਸੇ ਬਕਟ 'ਚ ਰੱਖਿਆ ਕਰੋ, ਮਤਲਬ ਉਹਨੂੰ OCD ਦੀ ਇੰਨੀ ਪ੍ਰੋਬਲਮ ਆ, ਸਾਫ਼ ਸੁਥਰੀ ਇੰਨੀ ਆ ਨਾ, ਮੈਂ ਤਾਂ ਮਤਲਬ ਪਤਾ ਨਹੀਂ ਕਿ ਉਹਨੂੰ ਦਹੇਜ 'ਚ ਨਾ ਮੇਰੇ ਲਈ ਉਹ ਲੈ ਕੇ ਆਉਣਾ ਚਾਹੀਦਾ, ਰਿੰਨ ਸਾਬਣ ਦੀਆਂ ਪੇਟੀਆਂ, ਅਤੇ ਕਿੰਨੇ ਵਾਲੇ ਉਹ ਮੈਨੂੰ ਨਵਾਈ ਜਾ ਕੁੜੀ ਨਵਾਈ ਜਾ, ਮੈਂ ਤਾਂ ਇੰਨੀ ਜ਼ਿੰਦਗੀ 'ਚ ਕਦੀ ਵੀ ਨਹੀਂ ਸੀ ਨਹਾਤਾ ਜਦੋਂ ਉਹਨੂੰ ਮਿਲਣ ਤੋਂ ਬਾਅਦ ਨਹਾਤਾ, ਸੋ ਫੋਰ ਅ ਗੁੱਡ ਰੀਜ਼ਨ, ਥੈਂਕ ਯੂ ਮੈਨੂੰ ਸਾਫ਼ ਸੁਥਰਾ ਬਣਾਉਣ ਲਈ, ਉਹਨੂੰ ਸਾਫ਼ ਸੁਥਰਾ ਰਹਿਣਾ ਬਹੁਤ ਪਸੰਦ ਹੈ। ਇੱਕ ਐਸਾ ਕਲਾਕਾਰ ਜਿਹਦੇ ਤੁਸੀਂ ਸੱਚੀ ਮੁਰੀਦ ਹੋ? ਮੇਰੇ ਫਾਦਰ ਸ਼੍ਰੀ ਹੰਸਰਾਜ ਹੰਸ ਜੀ, ਉਹਨਾਂ ਦਾ ਇਸ਼ਕ ਆ ਮੈਨੂੰ, ਬੀਇੰਗ ਅ ਫਾਦਰ ਨਹੀਂ ਬੀਇੰਗ ਅ ਸਟੂਡੈਂਟ, ਉਹਨਾਂ ਦਾ ਮੇਰੇ ਉਸਤਾਦ ਜੀ ਨੇ, ਸੋ ਉਹ ਪਿਆਰ ਫਾਦਰ ਵਾਲਾ ਤਾਂ ਹੈਗਾ ਹੀ ਆ, ਬਟ ਇੱਕ ਉਸ ਤੋਂ ਵੀ ਗਾਂਹ ਦੀ ਚੀਜ਼ ਆ ਉਸਤਾਦੀ ਸ਼ਗਿਰਦੀ ਵਾਲਾ, ਉਹ ਮੈਨੂੰ ਉਹਨਾਂ ਨਾਲ ਇਸ਼ਕ ਆ। ਉਸਤਾਦ ਹਮੇਸ਼ਾ ਸਾਨੂੰ ਡਾਂਟਦੇ ਵੀ ਨੇ, ਤੇ ਉਹ ਡਾਂਟ ਦੇ ਪਿੱਛੇ ਕੋਈ ਨਾ ਕੋਈ ਸਿੱਖ ਛੁਪੀ ਹੁੰਦੀ ਹੈ। ਬਿਲਕੁਲ। ਤਾਂ ਤੁਸੀਂ ਸਭ ਤੋਂ ਵਧੀਆ ਅੱਜ ਤੱਕ ਦੀ ਸੀਖ ਕਿਹੜੀ ਲਿੱਤੀ ਹੈ ਉਹਨਾਂ ਤੋਂ? ਡਾਂਟ ਉਦੋਂ ਡਾਂਟਿਆ ਨਹੀਂ ਸੀ, ਬਟ ਮੈਨੂੰ ਯਾਦ ਆ ਉਹਨਾਂ ਨੇ ਮੈਨੂੰ ਜਦੋਂ ਮੇਰੀ ਫਿਲਮ ਯਾਰਨ ਮੁੱਲੇ ਆਈ ਹਿੱਟ ਹੋ ਗਈ ਹੁਣ, ਅਤੇ ਥੋੜ੍ਹਾ ਜਿਹਾ ਪਛਾਣਨ ਲੱਗ ਪਏ ਸਾਰੇ, ਅਤੇ ਮੰਮੀ ਨੂੰ ਬਹੁਤ ਐਕਸਾਈਟਮੈਂਟ ਸੀ, ਦੇਖਿਆ ਮੇਰੇ ਮੁੰਡੇ ਦੀ ਫਿਲਮ ਚੱਲ ਗਈ, ਇਹ ਚੱਲ ਗਈ, ਡੈਡੀ ਇੱਦਾਂ ਅਸੀਂ ਤਿੰਨੇ ਇਕੱਠੇ ਬੈਠੇ ਹੋਏ ਸੀਗੇ, ਅਤੇ ਡੈਡੀ ਨੂੰ ਦੱਸਦੇ ਕਿ ਇਹਨੂੰ ਸਾਰੇ ਪੁੱਛਦੇ ਆ ਹੁਣ ਆ ਕੇ ਫੋਟੋ ਕਰਾ ਲਓ, ਇਹ ਕਰ ਲਓ, ਉਹ ਕਰ ਲਓ, ਅਤੇ ਡੈਡ ਬੀਇੰਗ ਅ ਡੈਡ ਆਰਾਮ ਨਾਲ ਇੱਦਾਂ ਸੁਣਦੇ ਰਹੇ ਗੱਲ ਮੰਮੀ ਦੀ, ਅਤੇ ਮੰਮੀ ਮਾੜਾ ਉੱਧਰ ਹੋਏ ਮੈਨੂੰ ਕਹਿੰਦੇ ਗੱਲ ਸੁਣ, ਅਤੇ ਕਹਿੰਦੇ ਬਹੁਤ ਵਧੀਆ ਗੱਲ ਆ, ਹਿੱਟ ਹੋ ਗਈ ਫਿਲਮ, ਮੈਨੂੰ ਆਈ ਐਮ ਸੋ ਹੈਪੀ ਫੋਰ ਯੂ, ਬਟ ਇਸ ਸਕਸੈਸ ਨੂੰ ਆਪਣੇ ਦਿਮਾਗ 'ਚ ਇੰਨਾ ਹੈਵੀ ਨਹੀਂ ਕਰ ਦੇਣਾ ਕਿ ਕਮਲੇ ਹੋ ਜਾਓ, ਪਾਗਲ ਹੋ ਜਾਓ, ਉਹਨੂੰ ਬੈਲੈਂਸ ਰੱਖੀ, ਅਤੇ
एक गल होर नोट कहिंदे मेरी ध्यान नाल सुन ली कि ये जिहड़ी चीज़ है लाइफ टाइम नहीं रहनी तेरे नाल, ये कितना कितने आर्टिस्ट की लाइफ इदा अप्स एंड डाउनस, अज इत्थे आ कल इत्थे होएगा, सो रब ना करे कल नूं ये दौर ना रहे टाइम ना रहे, उदों भी कमले नहीं हो जाना, उदों भी पागल नहीं हो जाना, उदों भी बैलेंसड रहना आ, बाबा जी का शुक्र करना, हाथ पैर दिते आ, रोटी पानी खाने जोगे है, सो उस सैटिस्फाइड रहना जो भी उहदा भाणा मीठा लागे हमेशा, सो मैं अज तक भी ध्यान रखना। ये मैं भी अपनी लर्निंग्स च लिख लूंगी। जी बिल्कुल। अच्छा कोई ऐसा कलाकार जो हुन अपने विच नहीं जी, पर तुसी उस नाल काम करन दा बहुत ज्यादा दिल च चाहत रखदे सी? मैं एक्चुअली वो कहिंदे आ ना छोटा मूँह बड़ी बात, बट एक सुपना ही हुंदा, सुपने दा कुछ भी बंदा सोच सकदा। मेरा सुपना सी कदी मैं लता जी नाल मेरा कदी इदा होवे या कोई गाना या हुंदा ही आ, हमेशा उन्हां नूं सुनिया, सो आई ऑलवेज वॉन्टिड, बट चलो लैट्स होप किसी होर जन्म च कदी लता जी नाल मैनू कभी मौका मिले, मैं कभी मिल भी नहीं पाया उन्होंने, सो रिग्रैट जहा है, बट जो भी है। जी लता जी मिलते उन्होंने गाना करते रीमेक किस गाने का करते? तुझसे नाराज नहीं जिंदगी, हैरान हूँ मैं, हैरान हूँ मैं, तेरे मासूम सवालों से परेशान हूँ मैं, ओ परेशान हूँ मैं। जी आज पहली बार है कि सुरीली भी ना खो गई है, कितने उन्हें वापस ले आना पड़ रहा बार बार। तेनू खो के ले आवा कितना सुरीली है? ले जो मेनू ले जो कितने। आई लव यू। अच्छा हुन अपना थोड़ा फंक्शन कर दिया। बिल्कुल हां, मैं भी वही सोच रहा हूं, थोड़ा सीरियस ज्यादा कम हो गया। ਤੁਸੀਂ ਇੰਨਾ ਸੋਹਣਾ ਗਾਉਂਦੇ ਹੋ ਤੇ ਸੁਰੀਲੀ ਕੋਲ ਆ ਕੇ ਮਾਹੌਲ ਨਾ ਬਣੇ ਇਹ ਤਾਂ ਹੋ ਨਹੀਂ ਦੇ ਸਕਦਾ। ਚਲੋ ਫਿਰ ਇੱਕ ਗਾਣਾ ਆਪਣੇ ਯਾਰਾਂ ਲਈ। ਮੇਰੇ ਯਾਰਾਂ ਲਈ? ਤੇਰੇ ਜੈਸਾ ਯਾਰ ਕਹਾਂ ਐਸਾ ਯਾਰਾਂ ਨਾ, ਯਾਦ ਕਰੇਗੀ ਦੁਨੀਆ ਤੇਰਾ ਮੇਰਾ ਅਫਸਾਨਾ, मेरे दिल की ये दुआ है कभी दूर तू ना जाए, तेरे बिना हो जीना ये दिन कभी ना आए, यारा तेरी यारी को मैंने तो खुदा माना, याद करेगी दुनिया तेरा मेरा अफसाना। हाय हाय जी, मैं थोड़े देर रुसगी फिर मैं इदा ही मनाऊंगा। जे आपां दोवें रुस बैठे तां मनाऊ कौन नी सुरीली। मैं बनाऊंगा, चलो ठीक है। अच्छा अजकल थोड़े मुंह ते केड़ा गाना चढ़े हुआ है गुनगुनाने रहने हो जिहड़ा हाड़ है? मैं कल परसों सुन रहा सी, वो दो तीन दिनों तो बहुत सुन रहा मैनू अमरिंदर वीरे का गाना। जद मिलके बैठांगे तां गल्लां बहुत करनियां ने, जद मिलके बैठांगे तां गल्लां बहुत करनियां ने। क्या बात है। अच्छा कोई तीन बाकमाल सिंगर जिन्हां दे गाने पक्का ही पक्का सुरीली नूं सुनने चाहिए है ते प्लेलिस्ट च ऐड कर ही लेने चाहिए? अरिजीत सिंह, किशोर कुमार, लता मंगेशकर। मतलब ये यूनिवर्सिटी अपने आप च, गाना इन्हां दा सुन के बहुत कुछ, मतलब जिन्हों अकल हैगी है सुनन दी उहदे लई। मेरी वाइफ मानसी, हर 8वें मिनट ओदा फोन आ जांदा है। So, मेरी beloved wife. तोड़ी वाइफ तो अलावा कोई famous artist जिधर तोड़े को contact list है? अहम, उधर ना फिर wife तो बाद जैसे सब तो ज़्यादा गल होंडी हो ना ना होंडी है। दो साड़ा कोई marital extra affair नहीं कि किन्तु extra marital affair नहीं का, ये bromance सा साड़ा, प्रामादा प्यार है। सुरीली गवाह है bromance। जी। washroom phone लेके जाने? बहुत ज़्यादा शरेआम लेके जाना। कितना time लग जाता है normal time तो? किस चीज? ਬਹੁਤ
ਇਦਾਂ ਦਾ ਕੀ ਕਰਦੇ ਹੋ ਯਾਰ, ਸਕਰੋਲ ਕਰਦੇ ਰਹਿੰਦੇ ਹੋ? ਬਸ ਗੇਮਾਂ ਖੇਡ ਲਓ, ਸਕਰੋਲ ਕਰ ਲਓ, ਹੋਰ ਉੱਥੇ ਕੀ ਕਰਨਾ ਬਾਥਰੂਮ 'ਚ? ਗਾਲਾਂ ਨਹੀਂ ਕੱਢਦੇ ਤੁਹਾਡੇ ਵਾਈਫ ਤੁਹਾਨੂੰ? ਨਹੀਂ ਨਹੀਂ, ਉਹ ਤਾਂ ਮੇਰੇ ਤੋਂ ਵੀ ਜ਼ਿਆਦਾ ਟਾਈਮ ਲੈਂਦੀ, ਬਟ ਉਹ ਫੋਨ ਨਹੀਂ ਲੈ ਕੇ ਜਾਂਦੀ. ਉਹਨੇ ਪਤਾ ਕੀ ਕਰਨਾ ਹੁੰਦਾ, ਪਹਿਲਾਂ ਤਾਂ ਪੂਰਾ ਬਾਥਰੂਮ ਧੋਣਾ ਹੁੰਦਾ ਉਹਨੇ, ਇੱਦਾਂ ਬਾਲਟੀਆਂ ਮਾਰ ਮਾਰ ਛੱਤਾਂ, ਪਤਾ ਨਹੀਂ ਕੀ ਹੋ ਜਾਂਦਾ ਉਹਨੂੰ. ਫਿਰ ਜਾ ਕੇ ਉਹ ਆਪਣਾ ਬਾਥ ਲੈਂਦੀ ਆ, ਫਿਰ ਬਾਥ ਲੈਣ ਤੋਂ ਬਾਅਦ ਫਿਰ ਪਾਣੀ ਮਾਰਦੀ ਸਾਰੇ ਪਾਸੇ, ਅਤੇ ਆਲਮੋਸਟ ਉਹਦਾ 55 to 60 ਮਿੰਟਸ ਦਾ ਇਹ ਪ੍ਰੋਸੈਸ ਹੈਗਾ ਆ ਰੋਜ਼ ਦਾ, ਐਵਰੀ ਸਿੰਗਲ ਡੇ. ਔਰ 2-3 ਵਾਰੀ ਵੀ ਹੋ ਜਾਂਦਾ ਦਿਨ 'ਚ. ਫੋਨ ਨਹੀਂ ਲੈ ਕੇ ਜਾਂਦੀ, ਪਰ ਉਹਨੂੰ OCD ਆ ਨਾ, ਫੋਨ ਤਾਂ ਵਾਸ਼ਰੂਮ 'ਚ ਜਾ ਹੀ ਨਹੀਂ ਸਕਦਾ. ਜੇ ਉਹਨੂੰ ਵਾਸ਼ਰੂਮ 'ਚ ਲੈ ਗਈ ਫੋਨ, ਉਹਨੂੰ ਉਹ ਫੋਨ ਧੋਣ ਲੱਗ ਪੈਣਾ ਉਹਨੂੰ, ਸੌਣ ਲੱਗੇ ਰੱਬ ਦੀ, ਜੇ ਮੈਂ ਝੂਠ ਬੋਲਾਂ. ਅੱਛਾ, ਮੈਂ ਤੁਹਾਨੂੰ ਹੁਣ ਕੁਝ ਗਾਣੇ ਦੇਣ ਵਾਲੀ ਆ. ਹਾਂ, ਤੁਸੀਂ ਉਹਨਾਂ ਨੂੰ ਜੋ ਮੈਂ ਇਮੋਸ਼ਨ ਕਹੂੰਗੀ ਉਹਨਾਂ ਨਾਲ, ਹਾਂਜੀ, ਉਸ ਇਮੋਸ਼ਨ ਐਜ਼ ਅ ਡਾਇਲੌਗ ਬੋਲਣਾ. ਉੱਤੇ ਰੀ ਬਹੁਤ ਸਿੰਪਲ ਹੈ, ਬਹੁਤ ਈਜ਼ੀ ਹੈ, ਜਿੱਥੇ ਫਸ ਗਏ ਮੈਨੂੰ ਪੁੱਛ ਲਿਓ. ਠੀਕ, ਚਲੋ ਪਹਿਲਾ ਗਾਣਾ. ਤੂੰ ਮੇਰੀ ਖੰਡ ਮਿਸ਼ਰੀ, ਲੱਗੇ ਜਾਣ ਤੋਂ ਪਿਆਰੀ, ਗੁੱਸੇ 'ਚ ਬੋਲਣਾ. ਤੂੰ ਮੇਰੀ ਖੰਡ ਮਿਸ਼ਰੀ ਆ, ਜਾਣ ਤੋਂ ਪਿਆਰੀ ਨਹੀਂ. ਕੀ ਬਾਤ ਹੈ! ਅੱਛਾ, ਬਾਬਾ ਵੇ ਕਲਾਂ ਰੋੜ, ਨੀ ਲਿਖੀਏ ਲਾਵੇ ਜੋ, ਰੋ ਕੇ ਬੋਲੋ. ਬਾਬਾ ਵੇ ਕਲਾਂ ਰੋੜ, ਨੀ ਲਿਖੀਏ ਲਾਵੇ ਜੋ. ਅੱਛਾ, ਚੰਨ ਕਿੱਥਾਂ ਗੁਜ਼ਾਰਿਆ ਇੱਕ ਰਾਤ ਵੇ, ਇਹਨੂੰ ਤੁਸੀਂ ਰੋਮਾਂਟਿਕ ਵੇ ਚ ਬੋਲੋ. ਚੰਨ ਓਏ ਚੰਨ, ਕਿੱਥਾਂ ਗੁਜ਼ਾਰੀ ਰਾਤ ਵੇ, ਕਿੱਥਾਂ ਕਿੱਥਾਂ? ਮੈਂ ਦੱਸ ਦਿੰਦੀ ਹਾਂ ਚੰਨ ਤੋਂ ਪਹਿਲਾਂ, ਕੋਈ ਨਹੀਂ ਕਿੱਥਾਂ. ਅੱਛਾ, ਮੈਂ ਹਲੇ ਤੱਕ ਇੰਨਾ ਪਾਣੀ ਵੀ ਨਹੀਂ ਪੀਤਾ ਜਿੰਨੀ ਦੇਰ ਵਿੱਚ ਦਾਰੂ ਪੀ ਗਿਆ, ਜਿੰਨਾ ਜਿੰਨਾ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ. ਇਹਨੂੰ ਉੱਚੀ ਉੱਚੀ ਹੱਸ ਕੇ ਬੋਲਣਾ. ਓ ਤੇਰੀ ਯਾਰ, ਇਹ ਕੀ ਕਰਾ ਰਹੇ ਮੇਰੇ ਤੋਂ? ਮੈਂ ਨਾ ਅਜੇ ਤੱਕ ਪਾਣੀ ਵੀ ਨਹੀਂ ਪੀਤਾ, ਉਹ ਜਿੰਨੇ ਮੈਂ ਤੇਰੇ ਵਿੱਚ ਹੰਝੂ ਪੀ ਗਿਆ. ਤੁਸੀਂ ਪਾਸ ਹੋ, ਸੁਰੀਲੀ ਦੇ ਮੁਤਾਬਕ ਤੁਹਾਨੂੰ ਮਿਲਦੇ ਬੈਸਟ ਐਕਟਰ ਅਵਾਰਡ. ਵਾਹ ਵਾਹ, ਥੈਂਕ ਯੂ ਸੁਰੀਲੀ ਜੀ, ਥੈਂਕ ਯੂ. ਅੱਛਾ, ਤੁਹਾਡੀ ਲਾਈਫ 'ਚ ਕਦੇ ਇੱਦਾਂ ਦੀ ਕੋਈ ਸਿਚੁਏਸ਼ਨ ਆਈ ਹੈ ਜਿਸ 'ਚ ਤੁਹਾਨੂੰ ਇੱਦਾਂ ਫੀਲ ਹੋਇਆ ਹੋਵੇ, ਯਾਰ ਮੈਂ ਸੁੱਟਾ ਹੀ ਖੇਡਿਆ, ਮੈਂ ਗੈਂਬਲ ਖੇਡਿਆ? ਤੇ ਸੁੱਟਾ ਮੇਰੇ ਸੱਚੀ ਦਿਮਾਗ ਚ ਨੀ ਆ ਰਹੀ ਕੋਈ ਇੱਦਾਂ ਦੀ ਸਿਚੁਏਸ਼ਨ, ਕਿਉਂਕਿ ਮੇਰਾ ਕਦੀ ਆਰ ਪਾਰ ਵਾਲਾ ਸਿਸਟਮ ਹੀ ਨਹੀਂ ਹੁੰਦਾ. ਹੌਲੀ ਹੌਲੀ ਜੇ ਸਕਸੈਸ ਵੀ ਹੁੰਦੀ, ਉਹ ਵੀ ਹਿਸਾਬ ਜਿਹੇ ਨਾਲ ਮਿਲਦੀ ਆ, ਅਤੇ ਗਾਣਾ ਵੀ ਹੌਲੀ ਹੌਲੀ ਚੱਲਦਾ ਆ. 2023 ਦੇ ਵਿੱਚ ਕੋਈ ਖੁਆਇਸ਼ ਪੂਰੀ ਹੋਈ ਹੈ? ਹਾਂ, ਮੇਰੀ ਬੇਟੀ ਆਈ ਮੇਰੇ ਘਰ, ਮਿਜ਼ਰਾਬ. ਮੇਰਾ ਉਦੋਂ ਵੀ ਜਦੋਂ ਰਿਦਾਨ ਹੋਣ ਵਾਲਾ ਸੀ, ਉਦੋਂ ਵੀ ਮੈਂ ਚਾਹੁੰਦਾ ਸੀ ਕਿ ਗੁੜੀਆ ਆਵੇ, ਬਟ ਚਲੋ ਉਹ ਤਾਂ ਵਧੀਆ ਗੱਲ ਆਈ, ਬੇਟਾ ਹੋਇਆ. ਫਿਰ ਉਸ ਤੋਂ ਬਾਅਦ ਸ਼ੁਕਰ ਆ ਰੱਬ ਨੇ ਮੇਰੀ ਸੁਣੀ, ਮਿਜ਼ਰਾਬ ਆਈ ਘਰ. ਉਹ 2023 ਦੀ ਬੈਸਟ ਚੀਜ਼ ਹੋਈ ਮੇਰੇ ਨਾਲ. ਅੱਛਾ, ਹੁਣ ਆਪਾਂ ਮੰਨ ਲਈਏ ਕਿ ਆਪਾਂ ਦੋਸਤ ਬਣ ਗਏ? ਹਾਂ, ਆ ਜੱਫੀ ਪਾ ਲਾ. ਅੱਛਾ, ਬਸ ਫਿਰ ਜਾਂਦੇ ਜਾਂਦੇ ਨਾ ਸੁਰੀਲੀ ਲਈ ਦੋ ਗੱਲਾਂ ਕਹਿ ਦਿਓ. ਦੋ ਗੱਲਾਂ ਕਰੀਏ ਬਹਿ ਜਾ, ਆਪਣੀ ਸੁਣ, ਕਦੀ ਆਪਣੀ ਸੁਣ, ਆਪਣੀ ਕਹਿ ਜਾ. ਆ ਪਿਆਰ ਦਾ ਵਾਦਾ ਕਰੀਏ, ਦਿਲ ਦੇ ਜਾ ਤੇ ਦਿਲ ਲੈ ਜਾ, ਦੋ ਗੱਲਾਂ ਕਰੀਏ ਬਹਿ ਜਾ. ਕੀ ਬਾਤ ਹੈ, ਥੈਂਕ ਯੂ ਸੋ ਮੱਚ. ਥੈਂਕ ਯੂ ਸੁਰੀਲੀ, ਔਰ ਇੰਨੇ ਸੁਰੀਲੇ ਸੁਰੀਲੇ ਰਹੋ, ਬਟ ਤੁਸੀਂ ਗਾਣਾ ਨਹੀਂ ਸੁਣਾ ਮੈਨੂੰ, ਦੇਖ ਲਓ. ਇਹ ਵੀ ਆਫ ਦਾ ਕੈਮਰਾ ਕਹਿਣਾ ਚਾਹੁੰਦੀ ਹਾਂ ਕਿ ਮੈਂ ਬਾਅਦ ਬੈਕ ਸਟੇਜ ਸੁਣਾ ਦੂੰਗੀ. ਡਨ, ਠੀਕ ਹੈ, ਥੈਂਕ ਯੂ. ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ, ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ.